ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਨਸ਼ਿਆਂ ਤੇ ਠੱਲ ਪਾਉਣ ਦੇ ਲਈ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਪੁਲਿਸ ਨੂੰ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਉਹਨਾਂ ਨੇ 1 ਕਿਲੋ ਅਫੀਮ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ। ਇਸ ਮਾਮਲੇ ਬਾਰੇ ਐਸਪੀ ਜਗਜੀਤ ਸਿੰਘ ਚੱਲਾ ਨੇ ਇੱਕ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸਪੀ ਜਗਜੀਤ ਸਿੰਘ ਚੱਲਾ ਨੇ ਦੱਸਿਆ ਕਿ ਪੁਲਿਸ ਨੇ ਮੁਖਬਰੀ ਦੇ ਆਧਾਰ ਤੇ ਐਂਟੀ ਨਾਰਕੋਟਿਕ ਸੈੱਲ ਦੇ ਨਾਲ ਸਮੇਤ ਆਪਣੀ ਪੁਲਿਸ ਟੀਮ ਦੇ ਕਾਰਵਾਈ ਕਰਦੇ ਹੋਏ ਮੁਖਬਰੀ ਦੇ ਆਧਾਰ ਤੇ ਮਨਵਿੰਦਰ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਪਿੰਡ ਧਰਮਗੜ੍ਹ ਥਾਣਾ ਅਮਲੋਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਹਰਦੀਪ ਸਿੰਘ ਉਰਫ ਚੀਮਾ ਪੁੱਤਰ ਗੁਰਨਾਮ ਸਿੰਘ ਵਾਸੀ ਨੂਰਪੁਰ ਥਾਣਾ ਅਮਲੋਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੇ ਕਾਰਵਾਈ ਕਰਦੇ ਹੋਏ ਚੰਨੀ ਕਲਾਂ ਵਿਖੇ ਨਾਕਾਬੰਦੀ ਕਰਕੇ ਮਨਵਿੰਦਰ ਸਿੰਘ ਅਤੇ ਹਰਦੀਪ ਸਿੰਘ ਦੀ ਕਾਰ ਦੀ ਚੈਕਿੰਗ ਕੀਤੀ। ਤਲਾਸ਼ੀ ਦੌਰਾਨ ਕਾਰ ਵਿੱਚੋਂ 1 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਗਈ। ਉਕਤ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ, ਜਿਨ੍ਹਾਂ ਤੋਂ ਪਤਾ ਕੀਤਾ ਜਾਣਾ ਹੈ ਕਿ ਅਫੀਮ ਕਿੱਥੋਂ ਲਿਆਉਂਦੇ ਸਨ ਅਤੇ ਕਿੱਥੇ ਵੇਚਦੇ ਸਨ। ਦੇ ਵਿੱਚ ਐਸ ਐਸ ਪੀ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਜ਼ਿਲ੍ਹੇ ਦੇ ਵਿੱਚ ਅਲੱਗ ਅਲੱਗ ਜਿਹੜੇ ਕਿ ਨਾਕਾਬੰਦੀ ਪਠਾਣਿਆਂ 'ਚ ਕੀਤੀ ਜਾਂਦੀ ਹੈ ਅਤੇ ਉਹਨਾਂ ਉਸ ਦੌਰਾਨ ਜਿਹੜੇ ਕਿ 2 ਮੁਲਜ਼ਮ ਨਾਰਕੋਟ ਵਾਲਿਆਂ ਨੇ ਉਹਨਾਂ ਨੂੰ ਅਰੈਸਟ ਕੀਤਾ, ਗੁਰਮੀਤ ਸਿੰਘ ਨੇ, ਅਤੇ ਜਿਹਦੇ ਉਹਨਾਂ ਕੋਲੋਂ 1 ਕਿਲੋ ਅਫੀਮ ਮਿਲੀ ਹੈ, ਜਿਹੜਾ ਕਿ ਮਨਜਿੰਦਰ ਸਿੰਘ ਅਤੇ ਹਰਦੀਪ ਸਿੰਘ ਇਹ ਠਾਣਾ ਦੋਨੇ ਅਮਲੋਹ ਦੇ ਰਹਿਣ ਵਾਲੇ ਨੇ ਅਤੇ ਪਹਿਲਾਂ ਵੀ ਇਹਨਾਂ 'ਤੇ 4-4 ਪਰਚੇ ਦਰਜ ਨੇ, 1 ਤੇ 4 ਦਰਜ ਨੇ, 1 ਤੇ 5 ਪਰਚੇ ਦਰਜ ਨੇ। ਪਹਿਲਾਂ ਇਹ ਸ਼ਰਾਬ ਵੇਚਣ ਦਾ ਵੀ ਕੰਮ ਕਰਦੇ ਨੇ ਅਤੇ ਕੁਛ ਫੀਮ ਵੀ ਜਿਹੜੇ ਕਿ ਲਿਆ ਕੇ ਫਤਿਹਗੜ੍ਹ ਇਲਾਕੇ ਦੇ ਵਿੱਚ ਵੇਚਦੇ ਸੀਗੇ। ਇਹਨਾਂ ਨੂੰ ਕੱਲ੍ਹ 1 ਕਿਲੋ ਫੀਮ ਦੇ ਨਾਲ ਕਾਬੂ ਕੀਤਾ ਅਤੇ ਹੁਣ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲਵਾਂਗੇ। ਪੁਲਿਸ ਰਿਮਾਂਡ ਤੋਂ ਬਾਅਦ ਇਹ ਕਿੱਥੋਂ ਲੈ ਕੇ ਆਏ ਅਤੇ ਗਾਹਾਂ ਕਿੱਥੇ ਕਿਹਨੂੰ ਇਹ ਫਤਿਹਗੜ੍ਹ ਜ਼ਿਲ੍ਹੇ ਦੇ ਵਿੱਚ ਵੇਚਦੇ ਸੀਗੇ। ਇਸ ਤਰ੍ਹਾਂ ਹੀ ਸੀ ਇੰਸਪੈਕਟਰ ਗੱਬਰ ਸਿੰਘ ਨੇ ਵੀ ਜਿਹੜਾ ਕਿ 15 ਪੇਟੀਆਂ ਦੇ ਨਾਲ ਇੱਕ ਮੁਰਜਮ ਸ਼ਮਸ਼ੇਰ ਸਿੰਘ ਜਿਹੜਾ ਠਾਣਾ ਕੂਨ ਦਾ ਰਹਿਣ ਵਾਲਾ ਅਤੇ ਜ਼ਿਲ੍ਹਾ ਲੁਧਿਆਣੇ ਦਾ ਰਹਿਣ ਵਾਲਾ, ਉਹਦੇ ਕੋਲੋਂ 15 ਪੇਟੀਆਂ ਬਰਾਮਦ ਕੀਤੀਆਂ ਨੇ। ਪਹਿਲਾਂ ਵੀ ਉਹਦੇ 'ਤੇ 17 ਪੇਟੀਆਂ ਦਾ ਪਹਿਲਾਂ ਵੀ ਠਾਣਾ ਕੂਨ ਦੇ ਵਿੱਚ ਇੱਕ ਪਰਚਾ ਦਰਜ ਹੈ ਅਤੇ ਉਹ ਇਹ ਜਿਹੜੇ ਇਹ ਦੋਨੇ ਸਮੱਗਲਰ ਸੀ ਇਹਨਾਂ ਕੋਲੋਂ ਦੋ ਗੱਡੀਆਂ ਵੀ ਬਰਾਮਦ ਹੋਈਆਂ ਨੇ, ਇੱਕ I-20 ਹੋਈ ਆ ਅਫੀਮ ਵਾਲਿਆਂ ਕੋਲੋਂ, ਜਿਹੜੇ ਦੂਜੇ ਨੇ ਉਹਨਾਂ ਕੋਲੋਂ ਹੋਂਡਾ ਸਿਟੀ ਬਰਾਮਦ ਹੋਈ ਆ। ਇਹ 3 ਬੰਦੇ ਜਿਹੜੇ ਫਤਿਹਗੜ੍ਹ ਜ਼ਿਲ੍ਹੇ ਨੇ ਅਰੈਸਟ ਕੀਤੇ ਨੇ, ਹੁਣ ਇਹਨਾਂ ਦਾ ਰਿਮਾਂਡ ਲੈ ਕੇ ਜਿਹੜੀ ਅਗਲੀ ਇਹਨਾਂ ਦਾ ਪੁੱਛਗਿੱਛ ਕਰਕੇ ਵੀ ਇਹ ਕਿੱਥੇ ਵੇਚਦੇ ਸੀ, ਕਿੱਥੋਂ ਲੈ ਕੇ ਆਉਂਦੇ ਸੀ, ਉਹ ਅਗਲੀ ਜਿਹੜੀ ਕਾਰਵਾਈ ਉਹ ਅਮਲ 'ਚ ਲਿਆਂਦੀ ਜਾਊਗੀ। ਫਤਿਹਗੜ੍ਹ ਸਾਹਿਬ ਤੋਂ ਸੰਦੀਪ ਅਰੋੜਾ ਦੀ ਜ਼ੀਰੋ ਲਾਈਨ ਟੀਵੀ ਦੇ ਲਈ ਰਿਪੋਰਟ।